ਹਾਂਜੀ ਵੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਅੱਜ ਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਜੀ ਤਾਂ ਆਪਣੇ ਚੈਨਲ ਨੂੰ ਥੱਲੇ ਦਿਖਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਉਸ ਦੀ ਨਾਲ ਲੱਗੇ ਬੈਲ ਆਈਕਨ ਉੱਤੇ ਪ੍ਰੈਸ ਕਰ ਲਓ ਜੀ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਨਵੇਂ ਨੇ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜੇਕਰ ਕਿਸੇ ਵੀ ਵੀਰ ਨੇ ਜੀ ਆਪਣੇ ਚੈਨਲ ਤੇ ਜਾਂ ਪੇਜ ਤੇ ਜੀ ਕਿਸੇ ਵੀ ਸਾਧਨ ਦੀ ਐਡ ਲਗਵਾਉਣੀ ਹੋਵੇ ਜੀ ਤਾਂ ਸਕਰੀਨ ਉੱਪਰ ਨੰਬਰ ਸ਼ੋਅ ਰਿਹਾ ਹੈ ਜੀ ਉਸ ਨੰਬਰ ਤੇ ਤੁਸੀਂ WhatsApp 'ਤੇ ਫੋਟੋਆਂ ਤੇ ਜਾਣਕਾਰੀ ਭੇਜ ਕੇ ਜੀ ਕਿਸੇ ਵੀ ਸਾਧਨ ਦੀ ਆਪਣੇ ਚੈਨਲ ਤੇ ਜੀ ਜਾਂ Facebook ਪੇਜ ਤੇ ਜੀ ਬਿਲਕੁਲ ਫ੍ਰੀ ਵਿੱਚ ਐਡ ਲਗਵਾ ਸਕਦੇ ਹੋ ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਸੇਲ ਬਾਸ ਤੇ ਲੈ ਕੇ ਆਏ ਜੀ ਟਰਾਲਾ ਬਿਕਿਆਉ ਹੈ ਜੀ ਤੇ ਇਹ ਟਰਾਲੇ ਦਾ ਸਾਈਜ਼ ਹੈ ਜੋ 16 ਫੁੱਟ ਲੰਬਾ ਜੀ ਸੱਤ ਦ ਫੁੱਟ ਚੌੜਾ ਜੀ 16/7 ਦਾ ਟਰਾਲੇ ਦਾ ਸਾਈਜ਼ ਹੈ ਜੀ ਡਬਲ ਟਾਇਰੀਆ ਜੀ ਵਿਦਾਊਟ ਜੈਕਾ ਜੀ ਤੇ ਡਬਲ ਟਾਇਰੀਆ ਜੀ ਪੱਕੇ ਟਾਇਰ ਨੇ ਤੇ ਬਿੱਡ ਤੇ ਜਾਲੀ ਲੱਗੀ ਹੋਈ ਹੈ ਜੀ ਆਲ ਰੌਂਡਡ ਜਾਲੀ ਲੱਗੀ ਹੋਈ ਚਾਰੇ ਸਾਈਡਡ ਜਾਲੀ ਲੱਗੀ ਹੋਈ ਜੀ ਬਿੱਡ ਤੇ ਬਾਕੀ ਵਧੀਆ ਹੈ ਵਿੱਚ ਟਰਾਲਾ ਜੀ ਤੇ 22 ਦੇ 베ARING ਨੇ ਜੀ 10 ਨਟੀਆਂ ਹੱਬਾਂ ਨੇ ਜੀ ਐਮਸੀ ਤੇ ਸੇਲ ਦੇ ਮਾਲ ਨਾਲ ਬਣਿਆ ਹੋਇਆ ਜੀ ਟਰਾਲਾ ਤੇ ਰੇਲ ਦਾ ਹਿੱਸਾ ਲੱਗਿਆ ਜੀ 10/3 ਦੀ ਚਾਸੀ ਲੱਗੀ ਹੋਈ ਆ ਤੇ ਪੱਕੇ ਟਾਇਰ ਨੇ ਜੀ 29 ਕਵਾਂਟਲ ਵੇਟ ਹੈ ਜੀ 29 ਕਵਾਂਟਲ ਵੇਟ ਹੈ ਜੀ ਤੇ ਫੁੱਲ ਹੈਵੀ ਟਰਾਲੀ ਹੈ ਜੀ ਤੇ ਬਾਕੀ ਤੁਸੀਂ ਫੋਟੋ ਸਕਰੀਨ ਉੱਪਰ ਸ਼ੋਰੀਆਂ ਨੇ ਜੀ ਕੰਡੀਸ਼ਨ ਵੇਖ ਸਕਦੇ ਹੋ ਤੇ ਫੁੱਲ ਹੈਵੀ ਹੈ ਜੀ ਏਰੀਆ ਬਿਰਦਾ ਨਿਊ ਚੰਡੀਗੜ੍ਹ ਜੀ ਤੇ ਮੋਹਾਲੀ ਤੇ ਰੇਟ ਵੀ ਨਾ ਰੱਖਿਆ ਜੋ 2,85,000 ਪਰ ਰੇਟ ਰੱਖਿਆ ਜੀ 2,85,000 ਪਰ ਰੇਟ ਰੱਖਿਆ ਬਾਕੀ ਤੁਹਾਡਾ ਮੌਕੇ ਤੇ ਮਾਨਤਾ ਨਾਲ ਹੋ ਜੂਗਾ ਜੀ ਤੇ ਬਿਰਾਂ ਦਾ ਕੰਟੈਕਟ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ 16/7 ਦਾ ਟਰਾਲਾ ਖਰੀਦ ਸਕਦੇ ਹੋ ਜੀ ਬਾਕੀ ਹੋਰ ਜਾਣਕਾਰੀ ਲਈ ਤੁਸੀਂ ਬਿਰਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਜੀ ਧੰਨਵਾਦ ਬਿਰੋ